ਇੱਕ ਮੱਝ ਬਣੀ ਜੱਜ, ਪੰਚਾਇਤ 'ਚ ਲੈਂਦੀ ਵੱਡੇ ਫੈਸਲੇ, ਸਰਪੰਚ ਲਗਾਤਾ ਨੁਕਰੇ। ਅਕਸਰ ਹੀ ਅਸੀਂ ਦੇਖਦੇ ਹਾਂ ਜਦੋਂ ਪਿੰਡਾਂ ਦੇ ਵਿੱਚ ਪੰਚਾਇਤ ਲੱਗਦੀ ਹੈ ਤਾਂ ਸਰਪੰਚ ਜਾਂ ਪੰਚਾਂ ਦੇ ਵੱਲੋਂ ਫੈਸਲੇ ਲਏ ਜਾਂਦੇ ਨੇ, ਲੋਕਾਂ ਦੇ ਮਸਲੇ ਸੁਣੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸਰਬ ਸਹਿਮਤੀ ਦੇ ਨਾਲ ਇੱਕ ਫੈਸਲਾ ਲਿਆ ਜਾਂਦਾ। ਪਰ ਕੀ ਤੁਸੀਂ ਕਦੇ ਸੁਣਿਆ ਕਿ ਇੱਕ ਮੱਝ ਦੇ ਵੱਲੋਂ ਪੰਚਾਇਤ 'ਚ ਫੈਸਲਾ ਲਿਆ ਗਿਆ? ਜੀ ਹਾਂ, ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ। ਹੈਰਾਨੀ ਵਾਲੀ ਗੱਲ ਤਾਂ ਹੈ, ਪਰ ਇਹ ਜੋ ਮੱਝ ਹੈ ਇਸਦੇ ਵੱਲੋਂ ਪੰਚਾਇਤ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਜਿਸ 'ਤੇ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ। ਪੁਲਿਸ ਵੀ ਚੁੱਪ ਚਾਪ ਉਸ ਫੈਸਲੇ ਨੂੰ ਮੰਨ ਲੈਂਦੀ ਹੈ। ਸੋ ਆਖਿਰ ਅਜਿਹਾ ਕਿਵੇਂ ਹੋ ਗਿਆ? ਇੱਕ ਮੱਝ ਕਿਵੇਂ ਪੰਚਾਇਤ ਦੇ ਫੈਸਲੇ ਲੈ ਸਕਦੀ ਹੈ ਜੋ ਪੰਚਾਇਤ ਨਹੀਂ ਕਰ ਪਈ, ਉਹ ਮੱਝ ਨੇ ਕਰ ਦਿੱਤਾ? ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੱਝ ਦੇ ਵੱਲੋਂ ਪੰਚਾਇਤ ਦੇ ਵਿੱਚ ਫੈਸਲਾ ਲਿਆ ਗਿਆ। ਦੱਸ ਦਈਏ ਕਿ ਇੱਕ ਮੱਝ 'ਤੇ ਦੋ ਲੋਕਾਂ ਨੇ ਆਪਣਾ ਦਾਅਵਾ ਕੀਤਾ ਸੀ। ਇਸ ਦੇ ਲਈ ਪੰਚਾਇਤ ਹੁੰਦੀ ਹੈ, ਮਾਮਲਾ ਪੁਲਿਸ ਦੇ ਕੋਲ ਵੀ ਜਾਂਦਾ, ਪਰ ਕੁਝ ਵੀ ਨਤੀਜਾ ਨਹੀਂ ਨਿਕਲਦਾ। ਅਜਿਹੇ ਦੇ ਵਿੱਚ ਮੱਝ ਨੇ ਹੀ ਇਸ ਅਣਸੁਲਝੇ ਕੇਸ ਨੂੰ ਸੁਲਝਾ ਦਿੱਤਾ, ਜਿਸ ਤੋਂ ਬਾਅਦ ਲੋਕ ਸਾਰੇ ਹੈਰਾਨ ਹੋ ਗਏ। ਇਹ ਮਾਮਲਾ ਮਹੇਸ਼ਗੰਜ ਜ਼ਿਲ੍ਹੇ ਦੇ ਥਾਣਾ ਖੇਤਰ ਦੇ ਅਧੀਨ ਰਾਏ ਅਸਕਨਪੁਰ ਪਿੰਡ ਨਿਵਾਸੀ ਨੰਦ ਲਾਲ ਸਰੋਜ ਦਾ। ਕੁਝ ਦਿਨ ਪਹਿਲਾਂ ਉਸਦੀ ਮੱਝ ਗਾਇਬ ਹੋ ਗਈ ਅਤੇ ਉਹ ਕਿਸੇ ਦੂਸਰੇ ਪਿੰਡ ਚਲੀ ਜਾਂਦੀ ਹੈ। ਹਰੀਕੇਸ਼ ਪਿੰਡ ਨਾਮ ਦੱਸਿਆ ਜਾ ਰਿਹਾ, ਜਿੱਥੇ ਹਨੂੰਮਾਨ ਸਰੋਜ ਨਾਮ ਦੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਉਸਨੂੰ ਫੜ ਲਿਆ। ਖੋਜਬੀਨ ਸ਼ੁਰੂ ਹੁੰਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਸਦੀ ਜੋ ਮੱਝ ਹੈ ਉਹ ਪੂਰੇ ਹਰੀਕੇਸ਼ ਪਿੰਡ ਦੇ ਵਿੱਚ ਹਨੂੰਮਾਨ ਸਰੋਜ ਦੇ ਘਰ ਬੰਨੀ ਹੋਈ ਹੈ। ਨੰਦ ਲਾਲ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਲੈ ਕੇ ਅਤੇ ਹੋਰ ਕੁਝ ਮੈਂਬਰਾਂ ਨੂੰ ਲੈ ਕੇ ਹਨੂੰਮਾਨ ਸਰੋਜ ਦੇ ਘਰ ਪਹੁੰਚਦਾ ਤਾਂ ਉਹ ਕਹਿੰਦਾ ਕਿ ਇਹ ਮੇਰੀ ਮੱਝ ਹੈ, ਪਰ ਹਨੂੰਮਾਨ ਸਰੋਜ ਇਨਕਾਰ ਕਰ ਦਿੰਦਾ ਅਤੇ ਉਸਦੀ ਇੱਕ ਵੀ ਨਹੀਂ ਸੁਣਦਾ। ਸ਼ਿਕਾਇਤ ਮਿਲਣ 'ਤੇ ਇਸ ਮਾਮਲੇ ਨੂੰ ਪੰਚਾਇਤ ਦੇ ਵਿੱਚ ਲਿਜਾਂਦਾ ਗਿਆ। ਹਾਲਾਂਕਿ ਇਹ ਵੀ ਇਹ ਮਾਮਲਾ ਨਹੀਂ ਸੁਲਝਾ ਪਾਏ। ਅਜਿਹੇ ਦੇ ਵਿੱਚ ਇਸ ਮਾਮਲੇ ਨੂੰ ਪੁਲਿਸ ਦੇ ਸਾਹਮਣੇ ਲਿਜਾਇਆ ਗਿਆ, ਪਰ ਪੁਲਿਸ ਨੂੰ ਵੀ ਕਾਫੀ ਪਰੇਸ਼ਾਨੀ ਹੋਈ ਤਾਂ ਤਮਾਮ ਪੁੱਛਗਿੱਛ ਤੋਂ ਬਾਅਦ ਪੁਲਿਸ ਵੀ ਕਿਸੇ ਇੱਕ ਰਿਜ਼ਲਟ 'ਤੇ ਨਹੀਂ ਆ ਸਕੀ। ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਮਾਮਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਇੱਕ ਦਰੋਗਾ ਅਵਧੇਸ਼ ਸ਼ਰਮਾ ਨੇ ਇੱਕ ਤਰਕੀਬ ਕੱਢੀ। ਉਸਨੇ ਦੋਵਾਂ ਪੱਖਾਂ ਨੂੰ ਥਾਣੇ ਦੇ ਬਾਹਰ ਕੱਢ ਦਿੱਤਾ ਅਤੇ ਗੇਟ ਦੇ ਬਾਹਰ ਖੜ੍ਹਾ ਕਰ ਦਿੱਤਾ, ਮੱਝ ਨੂੰ ਖੁੱਲ੍ਹਾ ਛੱਡ ਦਿੱਤਾ। ਪਿੰਡ ਵਾਲੇ ਵੀ ਇਸ ਨਿਰਣੇ ਦੇ ਨਾਲ ਸਹਿਮਤ ਹੋ ਗਏ ਜਦੋਂ ਮੱਝ ਨੰਦ ਲਾਲ ਅਤੇ ਹਨੂੰਮਾਨ ਦੋਵਾਂ ਦੇ ਵਿਚਾਲੇ ਖੜ੍ਹ ਕੇ ਇੱਕ ਪਾਸੇ ਨੂੰ ਤੁਰ ਪੈਂਦੀ ਹੈ। ਇਹਨਾਂ ਦੋਵਾਂ ਨੂੰ ਪਿੰਡ ਦੇ ਰਸਤੇ 'ਤੇ ਅਲੱਗ ਅਲੱਗ ਡਾਇਰੈਕਸ਼ਨ ਦੇ ਵਿੱਚ ਖੜ੍ਹੇ ਹੋਣ ਲਈ ਕਿਹਾ ਜਾਂਦਾ ਹੈ ਅਤੇ ਉਹ ਜੋ ਮੱਝ ਹੈ ਨੰਦ ਲਾਲ ਦੇ ਪਿੱਛੇ ਚਲੀ ਜਾਂਦੀ। ਅਜਿਹੇ ਦੇ ਵਿੱਚ ਮਾਮਲਾ ਸਪਸ਼ਟ ਹੋ ਗਿਆ ਕਿ ਇਹ ਜੋ ਮੱਝ ਹੈ ਉਹ ਨੰਦ ਲਾਲ ਦੀ ਹੈ ਤਾਂ ਨੰਦ ਲਾਲ ਨੂੰ ਮੱਝ ਦਿੱਤੀ ਜਾਂਦੀ ਹੈ। ਮਾਮਲਾ ਸੁਲਝਣ ਤੋਂ ਬਾਅਦ ਇਹ ਜੋ ਮੱਝ ਹੈ ਉਸਨੂੰ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ, ਸਿੱਧੀ ਨੰਦ ਲਾਲ ਦੇ ਪਿੱਛੇ ਪਿੱਛੇ ਆਪਣੇ ਪਿੰਡ ਚਲੀ ਜਾਂਦੀ ਹੈ। ਅਜਿਹੇ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਮੱਝ ਨੇ ਖੁਦ ਆਪਣੇ ਹੀ ਕੇਸ ਨੂੰ ਸੁਲਝਾ ਲਿਆ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ।